ਕੱਚੇ ਤੇ ਬਜਾਈਏ ਤੇ ਤੁਸੀਂ ਨਾ ਪਹਾੜੀ ਰਾਜਾ ਕੋਲ ਹਾਰ ਕੇ ਭੱਜੇ ਜਾ ਰਹੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਪਹਾੜੀਆਂ ਰਾਜੇ ਕੋਲ ਹਾਰ ਕੇ ਭੱਜਿਆ ਹੋਇਆ, ਤੁਹਾਨੂੰ ਗਰਕ ਜਾਣਾ ਚਾਹੀਦਾ। ਉਹਦੀਆਂ ਫੌਜਾਂ ਨੇ ਆਖਿਆ, ਆਲ ਖਾਨ ਅਸੀਂ ਪਹਾੜੀ ਰਾਜਾ ਕੋਲ ਤੇ ਉਹਦੀਆਂ ਫੌਜਾਂ ਕੋਲ ਹਾਰ ਕੇ ਗਏ, ਨਾ ਉਹਨਾਂ ਵਿੱਚ ਤਾਕਤ ਆ ਕੇ ਸਾਨੂੰ ਹਰਾ ਦੇਣ। ਅਲ ਖਾਨ ਕਹਿੰਦਾ ਵੀ ਕੀ ਹੋਇਆ ਜੇ ਤੁਸੀਂ ਉਹਦੀਆਂ ਫੌਜਾਂ ਤੋਂ ਹਾਰ ਕੇ ਨਹੀਂ ਆਏ ਤੇ ਕੀ ਹੋਇਆ? ਸਿੱਖਾਂ ਨੇ ਸਾਡੀ ਉਹ ਦੁਰਦਸ਼ਾ ਕੀਤੀ ਆ, ਉਹ ਮੌਤ ਦੀ ਮੌਤ ਮਾਰਿਆ ਸਾਨੂੰ ਕਿ ਅਸੀਂ ਉਹਨਾਂ ਦੇ ਮੁਕਾਬਲੇ ਵਿੱਚ ਰੁਕ ਨਹੀਂ ਸਕੇ, ਸਾਨੂੰ ਭੱਜਣਾ ਪਿਆ, ਅਸੀਂ ਆਪਣੀ ਜਾਨ ਬਚਾ ਕੇ ਆਏ। ਹੁਣ ਸਿੱਖਾਂ ਦਾ ਮੈਦਾਨ ਹੈ, ਜੰਗ ਵਿੱਚ ਮੁਕਾਬਲਾ ਕਰਨ ਨੂੰ ਸਾਡੇ ਵਾਸਤੇ ਨਹੀਂ। ਤੇ ਆਲ ਖਾਨ ਨੇ ਜਦੋਂ ਸੋਚਿਆ ਵੀ ਸਿੱਖਾਂ ਗਿਆ ਉਹਦੀਆਂ ਖਾਨੇ ਨੂੰ ਵੱਧ ਦਿੱਤੀਆਂ, ਉਹਨੇ ਕਿਰਪਾਲਤਾ ਨੂੰ ਬੁਲਾਇਆ ਕਰਨ ਲੱਗਾ, ਕਿਰਪਾਲਤਾ ਤੂੰ ਮੈਨੂੰ ਇਹ ਦੱਸਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਰਾਜਾ ਭੀਮਤਾ ਦੀ ਆਪਸ ਵਿੱਚ ਬਣਦੀ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਵੀ ਰਾਜਾ ਭੀਮਤਾ ਦੀ ਮਦਦ ਨਹੀਂ ਕਰੇਗਾ, ਤਾਂ ਮੈਂ ਰਾਜਾ ਭੀਮਤਾ ਨੂੰ ਹਮਲਾ ਕੀਤਾ ਕਿ ਕਲਗੀਧਰ ਪਾਤਸ਼ਾਹ ਨੇ ਇਹਦੀ ਮਦਦ ਨਹੀਂ ਕਰਦੀ ਤੇ ਮੈਂ ਜਦੋਂ ਹਮਲਾ ਕਰਾਂਗਾ ਇਹਦੀਆਂ ਫੌਜਾਂ ਮੇਰੀ ਫੌਜਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਤੇ ਅੱਜ ਤੂੰ ਮੇਰੇ ਕੋਲ ਬੋਲਿਆ ਤੇ ਕਿਰਪਾਲਤਾ ਨੂੰ ਚੋਚਿਆ ਕਹਿ ਲੱਗਾ, ਹਾਂ ਮੈਨੂੰ ਯਕੀਨ ਸੀ ਕਿ ਕਲਗੀਧਰ ਪਾਤਸ਼ਾਹ ਮਦਦ ਨਹੀਂ ਕਰਨਗੇ, ਪਰ ਗੁਰੂ ਨਾਨਕ ਦਾ ਕਰਦੇ ਉਹਦੀ ਸ਼ਰਨ ਵਿੱਚ ਲੋਕ ਚਲੇ ਗਏ ਤੇ ਮਹਾਰਾਜ ਮਦਦ ਵਾਸਤੇ ਆ ਗਏ। ਤੇ ਆਲ ਖਾਨ ਕਹਿੰਦਾ ਵੀ ਚੱਲ ਹੁਣ ਤੂੰ ਅੱਗੇ ਹੋ, ਹੁਣ ਮੇਰੀਆਂ ਫੌਜਾਂ ਨਹੀਂ ਹੁਣ ਤੇਰੀਆਂ ਫੌਜਾਂ ਗੁਰੂ ਨਾਲ ਲੜਨ ਵਾਸਤੇ ਕਰ ਦਿੰਦਾ। ਤੇ ਕਿਰਪਾਲਤਾ ਦੀ ਟੋਚੀਏ ਨੇ ਬੜਾ ਦਾਲ ਆਇਆ ਸੀ, ਤੇ ਹੁਣ ਉਹ ਕਿਰਪਾਲਤਾ ਦੀ ਟੋਚੀਆ ਬਲਦੀ ਦੇ ਪੁੱਛੇ ਆ ਗਿਆ, ਅੱਜ ਕਿਹਾ ਪਹਿਲਾਂ ਤੂੰ ਫੌਜਾਂ ਲੈ ਲਿਆ। ਕਿਰਪਾਲਤਾ ਦੀ ਟੋਚੀਆ ਨੀਤੀ ਵਿੱਚ ਬੜਾ ਤੇਜ ਹੈ, ਲੇਕਿਨ ਮੈਦਾਨੇ ਜੰਗ ਵਿੱਚ ਲੜਨ ਵਾਲੀ ਇਹਨੇ ਨਾਲ ਦੇ ਰਾਜੇ ਦਿਆਲਚੰਦ ਭਿੱਜਣ ਵਾਲੀ ਨੂੰ ਆਖਿਆ, ਦਿਆਲਚੰਦ ਵੀ ਮੈਦਾਨੇ ਜੰਗ ਵਿੱਚ ਲੜਨਾ ਮੇਰੇ ਵਾਸਤੇ ਦੀ ਗੱਲ ਨਹੀਂ, ਮੈਦਾਨੇ ਜੰਗ ਵਿੱਚ ਤੂੰ ਲੜ, ਕਿਉਂਕਿ ਦਿਆਲਚੰਦ ਭਿੱਜਣ ਵਾਲੀ ਹੈ ਚੌਕੀ ਦਾ ਤੀਰ ਅੰਦਾਜ਼। ਤਿੰਨ ਤੀਰ ਅੰਦਾਜ਼ਾਂ ਦਾ ਜ਼ਿਕਰ ਇਤਿਹਾਸ ਦੇ ਪੰਨਿਆਂ ਤੋਂ ਮੈਨੂੰ ਪੜ੍ਹਨ ਮਿਲਿਆ। ਇੱਕ ਹੈ ਅਰਜਨ ਪਾਂਡਵਾਂ ਵਾਲਾ, ਜਿਹੜਾ ਥੱਲੇ ਤੇਲ ਵਿੱਚ ਮੱਛੀ ਦੀ ਅੱਖ ਵੇਖ ਕੇ ਤੀਰ ਚਲਾਉਂਦੇ, ਉਹ ਦੁਨੀਆਂ ਦੇ ਚੌਕੀ ਦਾ ਤੀਰ ਅੰਦਾਜ਼ ਮੰਨਿਆ ਗਿਆ। ਉਸ ਤੋਂ ਬਾਅਦ ਦੂਜਾ ਤੀਰ ਅੰਦਾਜ਼ ਰਾਜਾ ਹਰੀਕਤ ਹੰਡੂਰੀਆ ਮੰਨਿਆ ਗਿਆ, ਇਹ ਬਾਈਕਾਨ ਦੇ ਪਹਾੜੀ ਰਾਜਾ ਵਿੱਚ ਜਿਹੜਾ ਭਗਾਣੀ ਦੇ ਮੈਦਾਨ ਵਿੱਚ ਮਹਾਰਾਜ ਮਾਰਨ ਵਾਸਤੇ ਗਿਆ ਸੀ ਭੀਮਤਾ ਨਾਲ ਸਾਥ, ਉਹ ਵੀ ਚੋਟੀ ਦਾ ਤੀਰ ਅੰਦਾਜ਼ ਸੀ, ਉਹਨਾਂ ਨਿਸ਼ਾਨਾ ਵੀ ਕਦੇ ਖੁੱਲ੍ਹਦਾ ਨਹੀਂ ਸੀ। ਉਹਦੇ ਮੁਕਾਬਲੇ ਦਾ ਤੀਜਾ ਤੀਰ ਅੰਦਾਜ਼ ਹੈ ਜਿਹੜਾ ਜਿਹਨਾਂ ਨਾਲ ਹੈ ਦਿਆਲਚੰਦ ਵਿਜੜ ਬਣ ਗਿਆ। ਕਿਰਪਾਲਤਾ ਨੂੰ ਚੋਚੀਆ ਕਹਿ ਲੱਗਾ, ਦਿਆਲਚੰਦ ਚੱਲ ਹੁਣ ਤੂੰ ਮੈਦਾਨ ਕਰ। ਤੇ ਇਹਨੇ ਬੜੇ ਮਾਣ ਨਾਲ ਆਖਿਆ, ਉਹ ਕਿਰਪਾਲਚੰਦ ਤੇ ਆਲ ਖਾਨ ਜੇ ਤੁਹਾਡੇ ਨਾਲ ਗੁਰੂ ਨਹੀਂ ਜਿੱਤਿਆ ਜਾਂਦਾ ਤੇ ਗੁਰੂ ਨੂੰ ਮੈਂ ਜਿੱਤਣ ਵਾਸਤੇ ਜਾਂਦਾ। ਹੁਣ ਆਲ ਖਾਨ ਆਪਣੀਆਂ ਫੌਜਾਂ ਲੈ ਕੇ ਤੀਰ ਕਮਾਨ ਬਿਲਕੁਲ ਉੱਥੇ ਚਲਾ ਗਿਆ ਜਿੱਥੇ ਸਾਹਮਣੇ ਕਲਗੀਧਰ ਪਾਤਸ਼ਾਹ ਨਜ਼ਰ ਆਉਂਦੇ ਨੇ। ਤੇ ਜਦੋਂ ਕਲਗੀ ਵਾਲੇ ਪਾਤਸ਼ਾਹ ਨੇ ਵੇਖਿਆ, ਕਰੋ ਇਹ ਜਿਹੜਾ ਰਾਜਾ ਹੈ ਦਿਆਲਚੰਦ ਗੁਰਜਰ ਵਾਲੀ ਆਪਣੀਆਂ ਫੌਜਾਂ ਲੈ ਕੇ ਆਇਆ, ਉਹਨੇ ਸੱਜੇ ਤੇ ਖੱਬੇ ਇੱਕ ਬੰਨੇ ਕਿਰਪਾਲਤਾ ਨੂੰ ਚੋਚਿਆ ਤੇ ਦੂਜੇ ਬੰਨੇ ਆਲ ਖਾਨ ਦੀਆਂ ਫੌਜਾਂ ਨੇ, ਮਹਾਰਾਜ ਲਲਕਾਰ ਕੇ ਕਹਿੰਦੇ ਨੇ ਉਹ ਦਿਆਲਚੰਦ ਵਾਰ ਕਰਨਾ ਹੈ, ਤੇਰੇ ਦਿਲ ਵਿੱਚ ਕੋਈ ਮਾਰ ਬਾਕੀ ਨਾ ਰਹਿ ਜਾਏ, ਮੇਰਾ ਕਲਗੀ ਵਾਲਾ ਪਾਤਸ਼ਾਹ ਦਿਆਲਚੰਦ ਵਿਜਣ ਵਾਲੀਆਂ ਨੂੰ ਜਿਵੇਂ ਪਹਿਲਾ ਵਾਰ ਕਰਨਾ ਤੇ ਵਗਾੜਦਾ, ਉਸ ਸਮੇਂ ਦੀ ਕਹਾਣੀ ਇਹ ਤੁਹਾਡੀ ਕਲਾ ਦੀ ਮੰਨ ਗਈ ਕਰਦਲ ਬੋਲਿਆ ਵਿੱਚ ਮੇਰੇ ਸਾਥੀ ਆਪਣੇ ਸਾਹਮਣੇ ਕਿਉਂ ਹੋ ਸਾਹਮਣੇ
ਕਿਰਪਾਲ ਜਨ ਆਲਖਾ ਮੇਰੇ ਮੁੰਡਿਆਂ ਨੂੰ ਪੜ੍ਹਾਉਣ ਦੀ ਕੋਈ ਲੋੜ ਨਹੀਂ, ਬਸ ਮੈਂ ਇੱਕੋ ਹੀ ਵਾਰ ਕਰਾਂਗਾ ਕਲਗੀ ਦਰਵਾਜ਼ਾ, ਅਤੇ ਕਲਗੀ ਦਰਵਾਜ਼ਾ ਦੇ ਜੀਵਨ ਦਾ ਅੰਤ ਹੁੰਦਾ ਹੈ। ਜਿੱਤ ਸਾਡੀ ਹੈ, ਸਾਡੀ ਜਿੱਤ ਵਿੱਚ ਕੋਈ ਰੁਕਾਵਟ ਨਹੀਂ ਬਣ ਸਕਦੀ। ਕਿੱਡਾ ਮਾਣ ਹੈ ਪਰਿਵਾਰ ਵਿੱਚ, ਮੇਰਾ ਤੀਰ ਕਦੇ ਨਿਸ਼ਾਨੇ ਤੋਂ ਉੱਕਿਆ ਨਹੀਂ, ਖੁੰਝਿਆ ਨਹੀਂ, ਮੇਰਾ ਇੱਕੋ ਹੀ ਤੀਰ ਇਹ ਜੰਗ ਦਾ ਨਕਸ਼ਾ ਬਦਲ। ਅੱਜ ਜਿਹੜੀਆਂ ਫੌਜਾਂ ਕੋਲੋਂ ਆਲਖਾਂ ਦੀਆਂ ਫੌਜਾਂ ਹਾਰ ਕੇ ਗਈਆਂ ਨੇ ਸਿੱਖਾਂ ਦੇ ਕੋਲੋਂ, ਇਹ ਕਲਗੀ ਦਰਵਾਜ਼ੇ 'ਚ ਸਿੱਖਾਂ ਨੂੰ ਮੈਂ ਹਰਾਵਾਂ। ਕਲਗੀ ਦਰਵਾਜ਼ਾ ਦੇ ਜਿੰਨੇ ਮਰਜ਼ੀ ਸਿੱਖ ਆ ਜਾਣ, ਮੇਰੇ ਤੀਰਾਂ ਦੇ ਸਾਹਮਣੇ ਖੜ ਨਹੀਂ ਸਕਦੇ। ਮੇਰਾ ਇੱਕੋ ਤੀਰ ਜਦੋਂ ਕਲਗੀ ਦਰਵਾਜ਼ਾ ਦੀ ਸ਼ਾਤੀ ਵਿੱਚ ਵੱਜਿਆ, ਤੇ ਬਿਲਕੁਲ ਨਕਸ਼ਾ ਤਬਦੀਲ ਹੋ ਗਿਆ। ਹੁਣ ਬੜੇ ਮਾਣ ਨਾਲ ਹੰਕਾਰ ਦਾ ਭਰਿਆ ਹੋਇਆ ਗੋਬਿੰਦ ਸਿੰਘ, ਮੈਂ ਸ਼ਬਦ ਸਿੰਘ ਮਰਦਾ ਹਾਂ ਕਿ ਮਹਾਰਾਜਾ ਨਾਲ ਗੋਬਿੰਦ ਇਹਨਾਂ ਤਿੰਨ ਵਾਰਾਂ ਦੀ ਲੋੜ ਨਹੀਂ ਪੈ ਗਈ, ਮੇਰਾ ਇੱਕੋ ਵਾਰ ਤੇਰੇ ਜੀਵਨ ਦਾ ਅੰਤ। ਹੁਣ ਕਲਗੀ ਵਾਲਾ ਪਾਤਸ਼ਾਹ ਜੰਗ ਵਿੱਚ ਕਿਉਂ ਗਿਆ, ਮੈਂ ਪਿਛੋਕੜ ਸੰਖੇਪ ਸ਼ਬਦਾਂ ਵਿੱਚ ਆਪ ਜੀ ਨੂੰ ਸਮਝਾ ਦਿਆਂ। ਕਲਗੀ ਤੇ ਪਾਤਸ਼ਾਹ ਦੇ ਜੀਵਨ ਵਿੱਚੋਂ ਦੂਜੀ ਗੱਲ ਹੈ, 14 ਦਿਨ ਤੋਂ ਨਹੀਂ ਮਾਰਦਾ। ਇਹਨਾਂ ਜੰਗਾਂ ਵਿੱਚ ਜੰਗਾਂ ਦੇ ਕਾਰਨ ਕੀ ਨੇ? ਕਿਉਂਕਿ ਕਲਗੀ ਤੇ ਪਾਤਸ਼ਾਹ ਨੇ ਜੰਗ ਲੜਨ ਦੀ ਨੀਤੀ ਬਦਲ ਦਿੱਤੀ, ਜਿਹੜੀ ਨੀਤੀ ਵਾਲਾਂ ਨੇ ਨੀਤੀ ਬਣਾਈ ਸੀ ਉਹ ਤਬਦੀਲ ਕਰ ਦਿੱਤੀ। ਮੇਰਾ ਕਲਗੀ ਵਾਲਾ ਪਾਤਸ਼ਾਹ ਜੰਗ ਕਿਉਂ? ਹੁਣ ਜਿਹੜੇ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰਕੇ ਉਹਦੇ ਵਿੱਚ ਸਮਝ ਆਇਆ ਕਿ ਕਲਗੀ ਵਾਲਾ ਪਾਤਸ਼ਾਹ ਜੰਗ ਵਿੱਚ ਕਿਉਂ ਗਿਆ, ਕੀ ਕਾਰਨ? ਮਾੜੇ ਦੀ ਰਾਖੀ ਕਰਨੀ, ਮਜ਼ਲੂਮ ਦੀ ਰਾਖੀ ਕਰਨੀ, ਇਹ ਸਿੱਖੀ ਦਾ ਸਕਾਰ। ਤੇ ਆਪਣੇ ਜੀਵਨ ਵਿੱਚ ਤੁਹਾਨੂੰ ਗੁਰੂ ਨੇ ਸਮਰੱਥਾ ਦਿੱਤੀ ਹੈ, ਜੇ ਕਿਤੇ ਮਾੜਾ ਬੰਦਾ ਤੁਹਾਨੂੰ ਨਜ਼ਰ ਆ ਜਾਵੇ, ਮਾੜਾ ਕਈ ਵਾਰੀ ਬੰਦੇ ਨੇ ਮਨ ਵਿੱਚ ਆਪਣੀ ਤਾਕਤ ਦਾ ਗਮਾਨ ਹੁੰਦਾ, ਇੱਕ ਵਚਨ ਕਹਿਣ ਲੱਗਾ ਮੈਂ ਭੀਖ ਮੰਗਣ ਦੇ ਬਹੁਤ ਵੱਧ ਲਾ, ਨਹੀਂ ਮੰਗਣੀ ਚਾਹੀਦੀ। ਸਾਡਾ ਦੇਸ਼ ਬਹੁਤ ਬੁਰੇ ਤਰੀਕੇ ਨਾਲ ਇਸ ਪਾਸੇ ਜਾ ਰਿਹਾ। ਗਰੀਬ ਬੱਚੇ ਜਿਹੜੇ ਪੈਦਾ ਹੁੰਦੇ ਨੇ, ਉਹਨਾਂ ਨੂੰ ਪੈਦਾ ਕਰਨ ਤੋਂ ਬਾਅਦ ਸੜਕਾਂ 'ਤੇ ਛੱਡ ਦਿੱਤਾ ਜਾਂਦਾ, ਜਿਵੇਂ ਉਹ ਮੰਗਦੇ ਨੇ, ਬੜਾ ਦੁਰਦਾ ਹੀ ਮੰਗਦਾ। ਪਰ ਇੱਕ ਬੱਚਨ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਂਦਾ, ਤੁਹਾਡਾ ਵੱਡਾ ਛੋਟਾ ਭਰਾ ਹੋਣ ਦੀ ਬਦੌਲਤ ਕੋਈ ਭਿਖਾਰੀ ਆ ਗਿਆ, ਉਹਨੂੰ ਭੀਖ ਦਿਓ ਜਾਂ ਨਾ ਦਿਓ, ਪਰ ਉਹਦੇ ਵਾਸਤੇ ਕੌੜੇ ਸ਼ਬਦ ਭੀਖ ਨਾ ਦਿਓ, ਉਹਨੂੰ ਖੈਰ ਪਾਓ ਜਾਂ ਨਾ ਪਾਓ, ਇਹ ਤੁਹਾਡੀ ਮਰਜ਼ੀ 'ਤੇ ਡਿਪੈਂਡ ਕਰਦੇ, ਨਾ ਪਾਓ, ਕਿਉਂਕਿ ਇਹਦੇ ਨਾਲ ਕਈ ਵਾਰੀ ਉਤਸ਼ਾਹਤ ਹੋ ਜਾਂਦਾ। ਜਿਹੜਾ ਬੰਦਾ ਠੀਕ ਹੈ, ਇਹਦੇ ਅੰਗ ਠੀਕ ਨੇ, ਉਹ ਭੀਖ ਮੰਗਦਾ ਚੰਗਾ ਨਹੀਂ ਲੱਗਦਾ, ਉਹਨੂੰ ਸਮਝਾ ਦਿਓ, ਲੇਕਿਨ ਕੌੜੇ ਸ਼ਬਦ ਨੂੰ, ਕੌੜੇ ਸ਼ਬਦ ਹੰਕਾਰ ਵਿੱਚੋਂ ਆਪਣੇ ਆਪ 'ਤੇ ਪ੍ਰਗਟਾਵਾ ਕਰਦੇ ਨੇ, ਹੰਕਾਰ ਬਹੁਤ ਹੁੰਦਾ। ਪਤਾ ਨਹੀਂ ਪਰਮਾਤਮਾ ਕਿਹੜੀਆਂ ਗੱਲਾਂ 'ਚ ਰਾਜੀ ਹੈ, ਮੈਨੂੰ ਉਤਸ਼ਾਹਤ ਵੀ ਕਰ ਰਿਹਾ, ਲੇਕਿਨ ਇਸ ਬੰਦੇ ਉਹ ਰਾਜਾ ਭੀਮਤਾ 'ਚ ਉਹਦੇ ਸਾਥੀਆਂ ਨੇ ਮਹਾਰਾਜ ਕੋਲ ਭੀਖ ਮੰਗੀ ਸੀ, ਸੱਚੇ ਪਾਤਸ਼ਾਹ ਸਾਡੀ ਮਦਦ ਜਾਨ ਦੇ ਦੁਸ਼ਮਣ, ਮੇਰਾ ਕਲਗੀ ਵਾਲਾ ਪਾਤਸ਼ਾਹ ਉਹਨਾਂ ਦੀ ਜਾਨ ਬਚਾਉਣ ਵਾਸਤੇ ਆਪਣਾ ਜੀਵਨ ਦਾ ਤੇ ਲਾ ਗਿਆ। ਜਿਸ ਕਲਗੀ ਦੇ ਪਾਤਸ਼ਾਹ ਦਾ ਅਵਤਾਰ ਤੋਂ ਬਣਾ ਲਿਆ, ਉਸ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਪਿਤਾ ਨੂੰ ਇੱਕ ਧਰਮ ਦੀ ਰਾਖੀ ਕਰਨ ਵਾਸਤੇ ਨਿਸ਼ਾਨ ਕਰ ਦਿੱਤਾ। ਇੱਕ ਵਾਰੀ ਸਾਰੀ ਸੰਗਤ ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਇੱਕ ਵਾਰੀ ਫਿਰ ਆਖੋ ਸਤਨਾਮ ਸ਼੍ਰੀ ਗੁਰੂ। ਮੈਂ ਵੈਗੁਰੂ ਸ਼੍ਰੀ ਗੁਰਦੀ ਨੂੰ ਜਾਣ ਲੱਗੀ, ਇਹ ਤੋਂ ਬਿਨਾਂ ਮੇਰਾ ਸਾਸ ਮੈਂ ਕਿਉਂ ਖਾਉਣਾ, ਇਹਦੇ ਪਿੱਛੇ ਕੋਈ ਫਿਲੋਸਫੀ ਕੰਮ ਕਰਦਾ, ਐਵੇਂ ਨਹੀਂ। ਮੈਂ ਪੰਜ ਸੱਤ ਵਾਰੀ ਤੁਹਾਡੇ ਕੋਲ ਸ਼ਬਦ ਕਿਹਾ ਹੈ, ਕਿਸੇ ਨੇ ਕਿਹਾ ਹੋਵੇ ਨਾ ਕਿਸੇ ਨੇ ਨਹੀਂ ਕਿਹਾ, ਜਿਹਨਾਂ ਨੇ ਨਹੀਂ ਕਿਹਾ ਉਹਨਾਂ 'ਤੇ ਮੇਰਾ ਕੁਛ ਨਹੀਂ, ਪਰ ਜਿਹਨਾਂ ਨੇ ਕਿਹਾ ਸੱਚ ਜਾਣਿਆ ਵੈਗੁਰੂ ਸ਼ਬਦ, ਪਤਾ ਨਹੀਂ ਕਿੰਨੀਆਂ ਗਦਾਤਾਂ ਤੁਹਾਡੀ ਝੋਲੀ ਨੂੰ ਪਾਏਗਾ। ਪਿਆਰ ਵਿੱਚ ਆ ਕੇ ਜਦੋਂ ਅਸੀਂ ਵੈਗੁਰੂ ਸ਼ਬਦ ਦਾ ਉਚਾਰਨ ਕਰਦੇ ਹਾਂ, ਪਤਾ ਨਹੀਂ ਕਿੰਨੀਆਂ ਖੁਸ਼ੀਆਂ ਨੇ ਤੁਹਾਡੀ ਝੋਲੀ ਵਿੱਚ ਪਾ ਦਿੰਦੇ। ਪ੍ਰਮਾਣ ਕੇ ਦੇ ਫਿਰ ਸਾਂਝਾ ਕਰਾਂਗਾ, ਮੈਂ ਵਾਰ ਕਹਾ ਦਿਆਂ, ਸਮਾਂ ਇੰਡੀਕੇਟ ਕਰਦਿਆਂ ਮੈਂ ਆਪਣੇ ਸਮੇਂ ਦੀ ਤਿਆਰੀ ਕਰਦਾ। ਮੇਰਾ ਕਲਗੀ ਵਾਲਾ ਪਾਤਸ਼ਾਹ ਕਹਿੰਦਾ ਤਿਆਰ ਕਰ, ਵਾਰ ਕਰ ਰਿਹਾ ਹੁਣ ਤਿਆਰ ਕਰਕੇ, ਬੜੇ ਮਾਣ ਨਾਲ ਲਈ ਆਪਣੇ ਕਮਾਨ ਸਾਹਮਣੇ ਹੱਥ ਵਿੱਚ ਭੱਠੇ 'ਚੋਂ ਕੱਢਿਆ ਤੀਰ, ਚਾਹਦਾ ਕਮਾਨ ਦੀ ਕੰਨੀ ਉੱਤੇ ਕਹਿੰਦੇ ਜੈ ਦੇਵਾ ਜੈ ਦੇਵਾ ਜੈ ਦੇਵਾ, ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਮੱਥੇ ਦਾ ਨਿਸ਼ਾਨਾ ਲੈ ਕੇ ਤੀਰ ਚਲਾਇਆ। ਕਿਤੇ ਕਮਾਨ ਦੀ ਤੰਦੀ ਦੇ ਮੈਨੇ ਤੀਰ ਛੱਡਿਆ, ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਬੜੀ ਖੁਸ਼ੀ ਦੇ ਨਾਲ ਵਾਰ ਦਿੱਤਾ। ਇਹਦਾ ਪਹਿਲਾ ਨਿਸ਼ਾਨਾ ਖੁਦ ਦਾ, ਇਹਦੇ ਅੰਦਰੋਂ ਪਛਤਾਵਾ ਜਾਹਰ ਹੋਇਆ, ਉਹਨੇ ਆਖਿਆ ਦਿਆਲ ਚੰਦ
ਮਾਰ ਕੇ ਕਿ ਮੇਰਾ ਨਿਸ਼ਾਨਾ ਕਰੇ ਉਤਰਾ ਤੇ ਖੁਦ ਦਾ ਨਹੀਂ, ਇਹ ਤੇ ਕਲਗੀਵਲ ਬਾਦਸ਼ਾਹ ਦੇ ਨੇੜੇ ਵੀ ਦੱਸ ਗਿਆ। ਇਸ ਤੋਂ ਕਿ ਪਹਿਲਾਂ ਜਦੋਂ ਮਨ ਤੋਂ ਪਛਤਾਵਾ ਹੁੰਦਾ ਗੁਰੂ ਦੇ ਚਰਨਾਂ ਤੇ ਡਿੱਗ ਪਵਾਂ, ਮਨ ਵਿੱਚੋਂ ਇੱਕ ਵਾਰੀ ਫਿਰ ਹੰਕਾਰ ਨੇ ਫਰਾਟਾ ਮਾਰਿਆ ਕਿ ਰਾਜਾ ਦੇ ਨਾਲ ਪਹਿਲਾਂ ਤੀਰ ਨਿਸ਼ਾਨੇ ਦੇ ਵਿੱਚ ਜਦੋਂ ਦੂਜਾ ਤੀਰ ਮਾਰ, ਹੁਣ ਇਹਨੇ ਦੂਜਾ ਤੀਰ ਮੱਥੇ ਵਿੱਚੋਂ ਕੱਢ ਕੇ ਕਮਾਲ ਦੀ ਤੰਦੀ ਤੇ ਚੜ੍ਹ ਕੇ ਫਿਰ ਜੈ ਦੇਵਾ ਕਹਿ ਕੇ ਨਿਛਲਿਆ। ਮਹਾਰਾਜ ਨੇ ਇਸ ਤੀਰ ਦੇ ਨਿਸ਼ਾਨੇ ਤੋਂ ਵੀ ਆਪਣੇ ਆਪ ਨੂੰ ਦਿੱਤਾ ਤੀਜਾ ਤੀਰ ਚਲਾ। ਹੁਣ ਇਹਦੇ ਤਿੰਨੇ ਨਿਸ਼ਾਨੇ ਜਦੋਂ ਖਾਲੀ ਕਰੇ ਗਏ ਤੇ ਹੁਣ ਇਹ ਭੱਜਣਾ ਚਾਹੁੰਦਾ ਹੈ, ਇਹਨੇ ਅੱਖ ਹੁਣ ਕੋਈ ਚੱਲ ਨਹੀਂ, ਬਸ ਹੁਣ ਕਲਗੀ ਵਾਲਾ ਪੱਥਰ ਬਾਹਰ ਆਏਗਾ ਤੇ ਜੀਵਨ ਦਾਨ ਤੋਂ ਜਾਏਗਾ, ਨਾ ਆਪਣੀ ਜਾਨ ਬਚਾਵਾਂ ਤੇ ਜਾਨ ਬਚਾ ਕੇ ਦੌੜ ਜਾਵਾਂ। ਜਦੋਂ ਇਹ ਜਾਨ ਬਚਾ ਕੇ ਦੌੜਨ ਲੱਗਾ ਤਿਆਰ ਤੈਨੂੰ ਮੇਰਾ ਕਲਗੀ ਵਾਲਾ ਪਾਤਸ਼ਾਹ ਕਹਿੰਦਾ ਉਹ ਤਿਆਰ ਤਿਆਰ ਇਹ ਮਰਦਾ ਦਾ ਕੰਮ ਨਹੀਂ, ਆਪਣੇ ਬਾਹਰ ਕਰਦੇ ਤੇ ਆਪਣੀ ਬਾਣੀ ਨੂੰ ਦੌੜ ਜਾਣਾ, ਇਹ ਮਰਦਾ ਦਾ ਕੰਮ ਨਹੀਂ, ਕਹਿਣਾ ਤੇ ਬੋਲਣਾ ਤੇ ਰੁੱਖਾਂ ਦਾ ਕੰਮ ਹੈ, ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਅੱਖਾਂ ਤੋਂ ਭਰੀ ਰਾਜੇ ਜ਼ੋਰ ਰੱਖੇ। ਮਹਾਰਾਜ ਨੇ ਆਪਣੇ ਹੱਥ ਵਿੱਚ ਲਈ ਬੰਦੂਕ, ਮਹਾਰਾਜ ਪੁੱਤਰ ਨਾਲ ਕੀ ਲਿਖਦੇ ਨੇ ਕਿ ਹੁਣ ਜਦੋਂ ਇਹ ਤਿਆਰ ਤੈਨੂੰ ਭੱਜਣਗਾ, ਮੈਂ ਆਪਣੇ ਦੇ ਜੀਵਨ ਨੂੰ ਦੱਸਿਆ ਵੀ ਕੀ ਬਾਤ ਕਿਵੇਂ ਕਰੀਦਾ ਹੈ। ਇੱਕ ਪੰਜਾਬੀ ਦਾ ਸ਼ਬਦ ਬੜੇ ਕਮਾਲ ਦੇ ਸ਼ਬਦਾਂ ਵਿੱਚ ਉਸ ਬਹਾਦਰੀ ਦੀ ਦਾਸਤਾਨ ਲਿਖਿਆ। ਉਹ ਕਹਿੰਦਾ ਨਾ ਰੋਕੋ ਇਹਨਾਂ ਨੂੰ ਨਿੱਤ ਦੇ ਮੁਸਾਫਰ, ਨਿਰਾਸ਼ਾ ਦੇ ਨੇੜੇ ਭੁੱਲੇ ਨਹੀਂ ਹੁੰਦੇ, ਇਹ ਸੂਰਜ ਚੰਗਾ ਮਾਵਾਂ ਦੇ ਭੁੱਲੇ ਸਦਾ ਚੱਲਦੇ ਰਹਿੰਦੇ ਨੇ, ਰੁਕਦੇ ਨਹੀਂ ਹੁੰਦੇ, ਪਹਾੜਾਂ ਦੀ ਛਾਤੀ ਮਛੱਲੀ ਬਣਾ ਕੇ ਜੋ ਸੋਨੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ, ਜਿਨ੍ਹਾਂ ਨੇ ਤੇਰੀ ਤਰੱਕੀ ਹੈ ਸੁਣੇ ਨੂੰ ਉਹ ਦੁਨੀਆਂ ਦਿਖਾਉਂਦੇ ਨੇ ਝੁੱਕਦੇ ਨਹੀਂ ਹੁੰਦੇ, ਸਾਹਮਣੇ ਵਿਆਹ ਤੰਦ ਮੇਰੇ ਕਲਗੀ ਵਾਲੇ ਪਾਤਰ ਨੇ ਰਹੀਏ ਰੱਬ ਆਪਣੇ ਹੱਥ ਵਿੱਚ ਤੇ ਸਾਹਮਣੇ ਖਲੋਤੇ
ਪਹੁੰਚਣ ਵਿੱਚ ਜਾ ਵੀ ਤਾਂ ਕਿ ਕਿੱਥੇ ਨੂੰ ਲੱਗੇ ਅਤੇ ਇੱਧਰ ਕਲਗੀਧਰ ਪਾਤਸ਼ਾਹ ਦੇ ਸਿੱਖਾਂ ਦੀ ਜੈ ਜੈਕਾਰ ਸਤਿਕਾਰ ਸਤਿਕਾਰ ਦੇ ਨਾਲ ਨਾਲ ਇੱਕ ਵਾਰੀ ਨਦੌਣ ਦਾ ਪਹਾੜ ਗੂੰਜਣ ਲੱਗ ਪਿਆ। ਅਕਾਲ ਕਾਲ ਦੀ ਆਵਾਜ਼ ਸੁਣਾਈ ਦਿੱਤੀ ਰਾਜਾ ਪੀਤਾ ਅਤੇ ਨਾਲ ਦੇ ਪਹਾੜੀ ਰਾਜੀ ਮੇਰੇ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸਿਰ ਰੱਖ ਕੇ ਕਲਗੀਆਂ ਵਾਲਾ ਤਾਜ ਰੱਖ ਕੇ ਕਹਿੰਦੇ ਨੇ ਸੱਚੀ ਪਾਤਸ਼ਾਹ ਤੇਰਾ ਪਤ ਤਾਂ ਕਦੇ ਨਹੀਂ ਭੁੱਲਾਂਗੇ, ਤੇਰਾ ਆਸਾਨ ਕਦੇ ਨਹੀਂ ਭੁੱਲਾਂਗੇ, ਤੂੰ ਸਾਡੇ ਗੁਨਾਹ ਮਾਫ ਕਰਕੇ ਸਾਡੀ ਮਦਦ ਕੀਤੀ ਪਰ ਇੰਤਹਾ ਹੋ ਗਈ ਬੇਵਫਾਈ ਦੀ। ਕੇਵਲ ਚਾਰ ਦਿਨ ਬਾਅਦ ਰਾਜਾ ਭੀਮਚੰਦ ਸਤਿਗੁਰੂ ਮਹਾਰਾਜ ਦਾ ਫਿਰ ਵਿਰੋਧੀ ਹੋ ਗਿਆ। ਮਹਾਰਾਜ ਦਾ ਇਤਿਹਾਸ ਜਦੋਂ ਪੜ੍ਹਦੇ ਹਾਂ ਕਿ ਮਹਾਰਾਜ ਨੇ ਸ਼ਬਦ ਵਰਤਿਆ ਕੱਚੇ ਪਹਾੜ ਦੇ, ਇਹ ਕੱਚੇ ਪਹਾੜ ਦੇ ਸ਼ਬਦ ਉਦੋਂ ਵਰਤਿਆ ਹੁਣ ਜਦੋਂ ਜਾਨ ਤੇ ਬਣੀ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਦੇ ਨੇ, ਬੇਨਤੀਆਂ ਕਰਦੇ ਨੇ, ਮਦਦ ਵਾਸਤੇ ਕਹਿੰਦੇ ਨੇ ਅਤੇ ਕਲਗੀ ਵਾਲਾ ਪਾਤਸ਼ਾਹ ਫਿਰ ਉਹਨਾਂ ਦੀ ਮਦਦ ਕਰਦਾ। ਲੇਕਿਨ ਰਾਜਾ ਪੀਟਿਆ ਅਤੇ ਉਹਨਾਂ ਦੇ ਸਾਥੀ ਰਾਜੀ ਫਿਰ ਅਗਰਤ ਕਰ ਬਣ ਗਏ, ਆਸਾਨ ਪਰਾਮੋਸ਼ ਬਣ ਗਏ, ਮਹਾਰਾਣੀ ਬਦਲ ਕੀਤਾ ਕੱਚੇ ਪਹਾੜ ਬਣ ਗਏ। ਇਹ ਹੈ ਕਲਗੀਧਰ ਪਾਤਸ਼ਾਹ ਦੇ ਮਹਾਨ ਜੀਵਨ ਦਾ ਇੱਕ ਅਲੌਕਿਕ ਪੰਨਾ। ਇੱਕ ਵਾਰੀ ਸਾਰੀ ਸੰਗਤ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਨੂੰ ਪ੍ਰਣਾਮ ਕਰੋ ਅਤੇ ਉਹਨਾਂ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਪਿਆਰ ਭਰਾ ਕਰੋ। ਸਤਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੱਖ ਲੱਖ ਸ਼ੁਕਰ ਸ਼ੁਕਰਾਨਾ ਜਿਹਨਾਂ ਸਾਨੂੰ ਮਨੁੱਖਾ ਜਨਮ ਦੇ ਕੇ ਦਰ ਦਾ ਢੱਗ ਬਣਾਇਆ ਅਤੇ ਆਪ ਸਾਰੇ ਸੰਗਤ ਨੂੰ ਪ੍ਰਬੰਧਕ ਨੂੰ ਪ੍ਰਬੰਧਕ ਸੱਜਣਾਂ ਨੂੰ ਇਹ ਮਹਾਨ ਅਵਤਾਰ ਪੁਰਬ ਮਨਾਉਣ ਦਾ ਬਲ ਬੁੱਧੀ ਅਤੇ ਸਮਰੱਥਾ ਬਖਸ਼ਿਸ਼ ਕੀਤੀ। ਇਹਦੀ ਰਹਿਮਤ ਨਮਰਦਾਰ ਅਵਤਾਰ ਸਿੰਘ ਸਾਹਿਬ ਜੀ ਪਿਆਰ ਦੇ ਕੇ ਗਏ ਨੇ, ਜਥੇਦਾਰ ਸ਼ਿੰਗਾਰਾ ਸਿੰਘ ਜੀ ਡੂੰਘਾ ਸਾਹਿਬ, ਡਾਕਟਰ ਸਤਨਾਮ ਸਿੰਘ ਅਤੇ ਹੋਰ ਜਿੱਥੇ ਵੀ ਪ੍ਰਬੰਧਕ ਸੱਜਣ ਨੇ ਸਭ ਨੂੰ ਪਿਆਰ, ਮਿੱਤਰਾਂ ਦੋਸਤਾਂ ਵੱਲੋਂ ਪਿਆਰ। ਮੈਂ ਇਹ ਗੱਲ ਹੰਕਾਰ ਵਿੱਚ ਨਹੀਂ ਕਹਿ ਰਿਹਾ ਕਿ ਮੈਂ ਰਾਤ ਦੇ ਦੀਵਾਨ ਤੋਂ ਕੰਨੀ ਕਦਰ ਅਕਸਰ ਮੇਰੀ ਇਹ ਭਾਵਨਾ ਹੈ। ਇਹ ਨਹੀਂ ਕਿ ਮੈਂ ਬਹੁਤ ਵੱਡਾ ਧਾਰਨੀ ਹਾਂ, ਮੈਂ ਰਾਤ ਨੂੰ ਨਹੀਂ ਦੀਵਾਨ ਲਾਉਂਦਾ, ਉਹਦਾ ਕਾਰਨ ਇਹ ਹੈ ਕਿ ਫਿਰ ਆਪ ਦਾ ਮਿੱਤਰ ਹੀ ਨਹੀਂ ਹੁੰਦਾ। ਹੁਣ ਵੀ ਮੈਂ ਜਦੋਂ ਤੁਹਾਡੇ ਕੋਲ ਜਾਵਾਂਗਾ 3 ਵਜੇ ਮੈਂ ਮੇਰਾ ਖਿਆਲ ਹੈ 3 ਵਜੇ ਆਪਣੇ ਘਰ ਨੂੰ ਜਾਂਦਾ, 3 ਵਜੇ ਤੋਂ ਜਾ ਕੇ ਜੇ ਮੈਂ ਮਿੱਤਰ ਨੂੰ ਇਸ਼ਨਾਨ ਕਰਕੇ ਲੱਗ ਵੀ ਜਾਵਾਂ ਤਾਂ ਮੈਂ ਉਹਨੂੰ ਵੀ ਜਾਵਾਂਗਾ। ਇਸ ਕਰਕੇ ਮੇਰੀ ਇਹ ਕੁਦਰਤੀ ਤੌਰ 'ਤੇ ਕੋਸ਼ਿਸ਼ ਹੁੰਦੀ ਹੈ ਕਿ ਪਰ ਪਿਆਰ ਡਾਕਟਰ ਸਤਨਾਮ ਸਿੰਘ ਪਤਾ ਨਹੀਂ ਇਹਨਾਂ ਕੋਲ ਕਿਹੜੇ ਸ਼ਬਦ ਨੇ, ਪਤਾ ਨਹੀਂ ਕੈਸੀ ਗੁਰੂ ਨੇ ਇਹਨਾਂ 'ਤੇ ਰਹਿਮਤ ਕੀਤੀ ਹੈ ਕਿ ਮਨਾ ਲੈਂਦੇ ਨੇ। ਫਿਰ ਇਸ ਕਰਕੇ ਇਹਨਾਂ ਨੇ ਮੈਂ ਬਚਨ ਆਪ ਜੀ ਨਾਲ ਸਾਂਝੇ ਕਰਦਾ, ਇਹਨਾਂ ਨੇ ਮੈਨੂੰ ਆਖਿਆ ਨਹੀਂ ਕਿਹਾ ਨਹੀਂ ਜੀ ਆਉਣਾ ਹੈ, ਮੈਂ ਇਹਨਾਂ ਦੇ ਸ਼ਬਦਾਂ 'ਤੇ